ਕਿ ਅਸੀਂ ਉਹਨਾਂ ਦਾ ਤਾੜੀਆਂ ਦੇ ਨਾਲ ਸਵਾਗਤ ਕਰਾਂਗੇ ਕਿਉਂਕਿ ਉਹ ਬਹੁਤ ਪਰਮੇਸ਼ਵਰ ਦੇ ਅੱਛੇ ਦਾਸ ਨੇ ਔਰ ਮੈਂ ਬਹੁਤ ਮੈਨੂੰ ਪਿਆਰ ਕਰਦੇ ਨੇ ਉਹ ਔਰ ਮੈਂ ਵੀ ਉਹਨਾਂ ਨੂੰ ਦਿਲ ਤੋਂ ਪਿਆਰ ਕਰਦਾ ਹਾਂ ਔਰ ਜੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਇਸ ਜਗ੍ਹਾ ਤੇ ਅੱਜ ਖੜਾ ਤਾਂ ਪਰਮੇਸ਼ਵਰ ਦੇ ਦਾਸਾਂ ਦੀ ਇਹਨਾਂ ਦੀ ਬਦੌਲਤ ਦੇ ਦੁਆਰਾ ਮੈਂ ਖੜਾਂਗਾ ਜੋ ਸਾਡੇ ਪਰਿਵਾਰ ਨੂੰ ਆਸ਼ੀਸ਼ ਮਿਲੀ ਹੈ ਜੋ ਸਾਡੇ ਪਰਿਵਾਰ ਨੂੰ ਤੁਸੀਂ ਦੇਖਿਆ ਸਾਨੂੰ ਸਾਰਿਆਂ ਨੇ ਜਾਣਦੇ ਨੇ ਬਹੁਤ ਸਾਰੇ ਜਾਣਦੇ ਨੇ ਬਹੁਤ ਸਾਰੇ ਨਵੇਂ ਨੇ ਜੋ ਸਾਨੂੰ ਆਸ਼ੀਸ਼ ਮਿਲੀ ਹੈ ਉਹ ਸਾਡੇ ਵਿਚਕਾਰ ਪਰਮੇਸ਼ਵਰ ਦੇ ਦਾਸ ਇਹਨਾਂ ਦੇ ਦੁਆਰਾ ਸਾਨੂੰ ਆਸ਼ੀਸ਼ ਮਿਲੀ ਹੈ ਔਰ ਬਹੁਤ ਹੀ ਸਾਡੇ ਵਾਸਤੇ ਦੁਆਵਾਂ ਕਰਦੇ ਨੇ ਬਹੁਤ ਪ੍ਰਾਰਥਨਾਵਾਂ ਕਰਦੇ ਨੇ ਸਾਡੇ ਵਾਸਤੇ ਔਰ ਸਾਡੇ ਪ੍ਰਤੀ ਬਹੁਤ ਇਹਨਾਂ ਦੇ ਅੰਦਰ ਦਰਦ ਵੀ ਹੈ ਔਰ ਕਦੇ ਜਿਸ ਤਰ੍ਹਾਂ ਲਿਖਿਆ ਵਚਨ ਚ ਕਿ ਮੈਂ ਤੈਨੂੰ ਨਹੀਂ ਛੱਡਾਂਗਾ ਤੇ ਨਾ ਹੀ ਮੈਂ ਤੈਨੂੰ ਤਿਆਗਾਂਗਾ ਸੱਚਮੁੱਚ ਪਰਮੇਸ਼ਵਰ ਦੇ ਦਾਸ ਸਾਨੂੰ ਕਦੇ ਨਹੀਂ ਛੱਡਦੇ ਬੋਲੋ ਹਾਲੇਲੂਇਆ ਹਾਲੇਲੂਇਆ ਤੇ ਮੈਂ ਬੜੇ ਆਦਰ ਦੇ ਨਾਲ ਉਹਨਾਂ ਨੂੰ ਬੁਲਾਉਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੇ ਦਾਸ ਸਾਡੇ ਵਿਚਕਾਰ ਰਾਮਾ ਮੰਡੀ ਤੋਂ ਆਏ ਨੇ ਪਾਸਟਰ ਛੋਟਾ ਸਿੰਘ ਭੱਟੀ ਜਦੋਂ ਆਉਣ ਤਾਂ ਅਸੀਂ ਉਹਨਾਂ ਦਾ ਤਾੜੀਆਂ ਦੇ ਨਾਲ ਸਵਾਗਤ ਕਰਾਂਗੇ ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਨੇ ਬਹੁਤ ਹੀ ਅੱਛਾ ਮੌਕਾ ਬਖਸ਼ਿਆ ਅਸੀਂ ਪ੍ਰਭੂ ਦੇ ਬਹੁਤ ਧੰਨਵਾਦੀ ਹਾਂ ਪ੍ਰਭੂ ਬੜਾ ਮਹਾਨ ਹੈ ਔਰ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ ਇੰਨਾ ਪਿਆਰ ਕਰਦਾ ਹੈ ਕਿ ਕੋਈ ਹੋਰ ਕਰ ਨਹੀਂ ਸਕਦਾ ਸੋ ਸਾਰਿਆਂ ਨੂੰ ਵੱਡਾ ਦਿਨ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ ਢੇਰ ਸਾਰੀਆਂ ਖੁਸ਼ੀਆਂ ਨਵਾਂ ਸਾਲ ਲੈ ਕੇ ਆਵੇ ਸੋ ਪਿਆਰੇ ਹੋ ਸਾਡੀ ਤਾਂ ਇਹੀ ਪ੍ਰਾਰਥਨਾ ਹੈ ਪ੍ਰਭੂ ਯਿਸੂ ਮਸੀਹ ਇਸੇ ਕਰਕੇ ਆਏ ਨੇ ਕਿ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਬਹੁਤ ਲੋਕ ਅੱਜ ਸਾਡਾ ਜਿਹੜਾ ਵਿਸ਼ਾ ਹੈਗਾ ਕਿ ਬਹੁਤ ਲੋਕ ਕਹਿੰਦੇ ਆ ਕਿ ਵੱਡਾ ਦਿਨ ਨਹੀਂ ਮਨਾਉਣਾ ਚਾਹੀਦਾ ਕੀ ਇਹ ਵੱਡਾ ਦਿਨ ਨਹੀਂ ਮਨਾਉਣਾ ਚਾਹੀਦਾ ਜਾਣੀ ਕਿ ਇਹ ਝੂਠੀ ਸਿੱਖਿਆ ਸੰਸਾਰ ਵਿੱਚ ਆ ਚੁੱਕੀ ਹੈ ਝੂਠੀ ਸਿੱਖਿਆ ਸੰਸਾਰ ਵਿੱਚ ਆ ਚੁੱਕੀ ਹੈ ਝੂਠੀ ਸਿੱਖਿਆ ਤੋਂ ਅਸੀਂ ਸੁਚੇਤ ਰਹਿਣਾ ਹੈ ਅਸੀਂ ਪਰਮੇਸ਼ਵਰ ਦੇ ਆਗਿਆਕਾਰ ਬਣਨਾ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਆਗਿਆਕਾਰ ਬਣਾਂਗੇ ਤੇ ਫਿਰ ਉੱਚੇ ਉੱਠਾਂਗੇ ਜਿਹੜੇ ਝੂਠੀ ਸਿੱਖਿਆ ਹੈ ਝੂਠੀ ਸਿੱਖਿਆ ਤੋਂ ਹਮੇਸ਼ਾ ਲਾਂਭੇ ਰਹੋ ਨੋਟ ਕਰੋ ਗੱਲ ਲੋਕ ਅੱਜ ਜਨਮ ਦਿਨ ਮਨਾਉਂਦੇ ਨੇ ਜਨਮ ਦਿਨ ਕਿਉਂ ਮਨਾਉਂਦੇ ਨੇ ਜਨਮ ਦਿਨ ਯਿਸੂ ਮਸੀਹ ਦੇ ਜਨਮ ਤੋਂ ਸ਼ੁਰੂ ਹੋਇਆ ਜਨਮ ਦਿਨ ਮਨਾਉਣਾ ਉਸ ਤੋਂ ਪਹਿਲਾਂ ਕੋਈ ਜਾਣਦਾ ਨਹੀਂ ਸੀ ਕਿ ਜਨਮ ਦਿਨ ਮਨਾਉਣਾ ਹੁੰਦਾ ਕਿ ਇਹ ਘਟਨਾ ਹੁੰਦਾ ਠੀਕ ਹੈ ਸੋ ਪਿਆਰੀ ਆਓ ਅਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ ਵੱਲ ਚੱਲੀਏ ਕਿ ਅਸੀਂ ਜਨਮ ਦਿਨ ਸਾਨੂੰ ਕਿਉਂ ਮਨਾਉਣੇ ਚਾਹੀਦੇ ਨੇ ਮਤੀ ਦੀ ਅੰਜੀਲ ਪਹਿਲਾਂ ਦੇ 21 ਵਚਨ ਅਸੀਂ ਪਰਮੇਸ਼ਰ ਦੇ ਵਚਨ ਚੋਂ ਪੜ੍ਹਾਂਗੇ ਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਤਰੀਕੇ ਨਾਲ ਪੜ੍ਹਾਂਗੇ ਅਸੀਂ ਠੀਕ ਹੈ ਵਿੱਚ ਵਿੱਚ ਬ੍ਰੇਕਾਂ ਲਾਉਂਦੇ ਪੜ੍ਹਨ ਵਾਲੇ ਬੰਦੇ ਫਿਰ ਸਵਾਦ ਨਹੀਂ ਆਉਂਦਾ ਹਾਂਜੀ ਪਹਿਲੇ ਦਾ 21 ਵਚਨ ਅਤੇ ਉਹ ਪੁੱਤਰ ਜਣੇਗੀ ਹਾਂ ਕੀ ਕਹਿੰਦਾ ਪਰਮੇਸ਼ਰ ਦਾ ਵਚਨ ਉਹ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਯਿਸੂ ਰੱਖੀ ਕੀ ਕਹਿੰਦਾ ਤੂੰ ਉਹਦਾ ਨਾਮ ਯਿਸੂ ਰੱਖੀ ਖਾਣਾ ਤੋਂ ਪੜ੍ਹਦੇ ਖਾਣਾ ਤੋਂ ਬਹੁਤ ਅੱਛੇ ਯਿਸੂ ਮਸੀਹ ਦਾ ਜਨਮ ਇਹ ਹੋਇਆ ਯਿਸੂ ਮਸੀਹ ਦਾ ਜਨਮ ਇਹ ਹੋਇਆ ਉਹਦੀ ਮਾਤਾ ਮਰੀਮ ਦੀ ਯੂਸਫ ਨਾਲ ਕੜਵਾਈ ਹੋਈ ਸੀ ਉਹਦੀ ਮਾਤਾ ਮਰੀਮ ਦੀ ਯੂਸਫ ਨਾਲ ਕੜਵਾਈ ਹੋਈ ਸੀ ਮੰਗਣੀ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਬੋਲੋ ਹਾਲੇਲੂਇਆ ਦੇਖਿਆ ਇਕੱਠੇ ਹੋਣ ਤੋਂ ਪਹਿਲਾਂ ਹਜੇ ਮੰਗਣੀ ਹੋਈ ਸੀ ਵਿਆਹ ਨਹੀਂ ਸੀ ਹੋਇਆ ਸ਼ਾਦੀ ਨਹੀਂ ਸੀ ਹੋਈ ਇਸਰਾਇਲ ਦੇ ਵਿੱਚ ਇੱਕ ਕਾਨੂੰਨ ਸੀ ਕਿ ਜਦੋਂ ਮੰਗਣੀ ਹੋ ਜਾਂਦੀ ਸੀ ਉਦੋਂ ਉਹ ਮੰਗਣੀ ਵਾਲੇ ਦੋਨੋਂ ਇਕੱਠੇ ਰਹਿੰਦੇ ਹੁੰਦੇ ਸੀ ਤਾਂ ਕਿ ਇੱਕ ਦੂਜੇ ਦੇ ਸੁਭਾਅ ਦਾ ਕੀ ਚੱਲ ਜੇ ਪਤਾ ਚੱਲ ਜੇ ਉਹਨਾਂ ਨਾਲ ਹੋਰ ਕੋਈ ਸਰੀਰਕ ਸੰਬੰਧ ਨਹੀਂ ਹੁੰਦੇ ਸੀ ਸਰੀਰਕ ਸੰਬੰਧ ਵਿਆਹ ਤੋਂ ਬਾਅਦ ਹੁੰਦੇ ਸੀ ਹਜੇ ਮੰਗਣੀ ਹੋਈ ਸੀ ਇਕੱਠੇ ਨਹੀਂ ਸੀ ਹੋਏ ਹਾਂਜੀ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਏਗੀ ਬੋਲੋ ਹਾਲੇਲੂਇਆ ਕਿਵੇਂ ਗਰਭਵਤੀ ਪਾਏਗੀ ਪਵਿੱਤਰ ਆਤਮਾ ਤੋਂ ਗਰਭਵਤੀ ਪਾਏਗੀ ਤਦ ਉਹਦੇ ਪਤੀ ਯੂਸਫ ਨੇ ਜਿਹੜਾ ਧਰਮੀ ਪੁਰਖ ਸੀ ਬੋਲੋ ਹਾਲੇਲੂਇਆ ਹਾਲੇਲੂਇਆ ਕੀ ਹੈ ਉਹ ਧਰਮੀ ਬੰਦਾ ਸੀ ਧਰਮੀ ਬੰਦਾ ਸੀ ਧਰਮੀ ਬੰਦਿਆਂ ਦੀ ਇਹ ਨਿਸ਼ਾਨੀ ਹੈ
ਉਹ ਕਿਸੇ ਤੇ ਦੋਸ਼ ਨਹੀਂ ਲਾਉਂਦੇ, ਉਹ ਕਿਸੇ ਨੂੰ ਬੁਰਾ ਨਹੀਂ ਕਹਿੰਦੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਉਹਨਾਂ ਦੇ ਵਿੱਚ ਇਹ ਗੁਣ ਹੁੰਦਾ। ਯੂਸਫ ਦੇ ਮਨ ਚ ਵਿਚਾਰ ਕਰ ਰਿਹਾ ਸੀ, ਕੀ ਕਰ ਰਿਹਾ ਸੀ? ਹਾਂਜੀ, ਅਤੇ ਇਹ ਨਹੀਂ ਸੀ ਚਾਹੁੰਦਾ, ਉਹ ਯੂਸਫ ਨੇ ਇਹ ਨਹੀਂ ਸੀ ਚਾਹੁੰਦਾ ਭਾਈ ਉਹਨੂੰ ਕਲੰਕ ਪ੍ਰਗਟ ਕਰੇ। ਬੋਲੋ ਹਾਲੇਲੂਯਾ। ਯੂਸਫ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਕਲੰਕ ਪ੍ਰਗਟ ਕਰੇ, ਵੀ ਜੋ ਕੁਝ ਉਹਦੇ ਨਾਲ ਹੋਇਆ ਉਹ ਲੋਕਾਂ ਨੂੰ ਪਤਾ ਲੱਗੇ, ਕਿ ਉਹ ਸ਼ਰਮਿੰਦਗੀ ਸਹਿਣੀ ਪਵੇ ਉਹਨੂੰ। ਕਹਿੰਦਾ ਯੂਸਫ ਨਹੀਂ ਚਾਹੁੰਦਾ ਸੀ ਉਹ ਕਲੰਕ ਪ੍ਰਗਟ ਕਰੇ। ਇਹ ਦਲੀਲ ਕੀਤੀ ਉਹਨੇ ਆਪਣੇ ਮਨ ਵਿੱਚ, ਇੱਕ ਸਲਾਹ ਕੀਤੀ, ਦਲੀਲ ਕੀਤੀ, ਜੋ ਉਹਨੂੰ ਉਹ ਚੁੱਪ ਕੀਤਾ ਤਿਆਗ ਦੇਵੇ। ਬੋਲੋ ਹਾਲੇਲੂਯਾ। ਕੀ ਸੀਗਾ ਉਹ? ਧਰਮੀ ਬੰਦਾ ਸੀਗਾ ਯੂਸਫ ਸੀ, ਜਿਹੜਾ ਪਰਮੇਸ਼ਰ ਜਾਣਦਾ ਸੀ ਕਿ ਜਿਹੜਾ ਕੰਮ ਯੂਸਫ ਕਰ ਸਕਦਾ ਹੋਰ ਕੋਈ ਕਰ ਨਹੀਂ ਸਕਦਾ, ਜਿਹੜਾ ਕੰਮ ਮਰੀਮ ਕਰ ਸਕਦੀ ਹੈ ਹੋਰ ਕੋਈ ਕਰ ਨਹੀਂ ਸਕਦਾ, ਕਿਉਂਕਿ ਉਹ ਪਵਿੱਤਰ ਸੀਗੇ, ਉਹ ਧਰਮੀ ਸੀ ਦੋਨੋਂ। ਹਾਂਜੀ, ਪਰ ਜਾ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ, ਜਦੋਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀਗਾ ਕਿ ਮਾਤਾ ਮਰੀਮ ਗਰਭਵਤੀ ਹੋਈ ਹੈ, ਵੀ ਇਹਨੂੰ ਕਿਵੇਂ ਛੱਡਾਂ ਮੈਂ, ਉਹਨੂੰ ਉਹਦੀ ਸਲਾਹ ਸੀ ਕਿ ਮੈਂ ਚੁੱਪ ਚਪੀਤਿਆਂ ਛੱਡ ਦੇਵਾਂ। ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ, ਉਹ ਬੜਾ ਪਰੇਸ਼ਾਨ ਸੀ ਵੀ ਇਹ ਗੱਲ ਕੀ ਹੋ ਗਈ। ਉਹਨੂੰ ਨਹੀਂ ਸੀ ਪਤਾ ਵੀ ਇਹ ਗਰਭਵਤੀ ਹੋਈ ਤਾਂ ਕਿਵੇਂ ਹੋਈ ਹੈ। ਅੱਗੇ ਜਾ ਕੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਹਾਂਜੀ, ਤਾਂ ਵੇਖੋ ਪ੍ਰਭੂ ਦਾ ਇੱਕ ਦੂਤ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ, ਦੂਤ ਨੇ ਦਰਸ਼ਨ ਦੇ ਕੇ ਕਿਹਾ। ਬੋਲੋ ਹਾਲੇਲੂਯਾ। ਯੂਸਫ ਚਿੰਤਾ ਵਿੱਚ ਪਿਆ ਹੋਇਆ ਸੀ। ਧਰਮੀ ਬੰਦੇ ਜਦੋਂ ਚਿੰਤਾ ਵਿੱਚ ਪੈਂਦੇ ਆ, ਪਰਮੇਸ਼ਵਰ ਨੂੰ ਚਿੰਤਾ ਹੋ ਜਾਂਦੀ ਹੈ। ਪਰਮੇਸ਼ਵਰ ਨੂੰ ਕੀ ਹੋ ਜਾਂਦੀ ਹੈ? ਚਿੰਤਾ ਹੋ ਜਾਂਦੀ ਹੈ। ਕਿਉਂ ਚਿੰਤਾ ਹੋ ਜਾਂਦੀ ਹੈ? ਕਿਉਂ ਆਪਣੇ ਲੋਕਾਂ ਦੀ ਚਿੰਤਾ ਆਪਣੇ ਉੱਤੇ ਲੈਂਦਾ। ਇਸ ਕਰਕੇ ਲਿਖਿਆ, ਸਾਰੀ ਚਿੰਤਾ ਮੇਰੇ ਉੱਤੇ ਸੁੱਟ ਛੱਡੋ, ਕਿਉਂ ਜੋ ਮੈਨੂੰ ਤੁਹਾਡਾ ਫਿਕਰ ਹੈ। ਪਰਮੇਸ਼ਵਰ ਫਿਕਰ ਕਰਦਾ ਆਪਣੇ ਲੋਕਾਂ ਦੀ। ਯੂਸਫ ਧਰਮੀ ਬੰਦਾ ਸੀ, ਧਰਮੀ ਬੰਦਿਆਂ ਦੀ ਪਰਮੇਸ਼ਵਰ ਚਿੰਤਾ ਕਰਦਾ। ਇਹ ਜਦੋਂ ਚਿੰਤਾ ਕੀਤੀ ਪਰਮੇਸ਼ਵਰ ਨੇ, ਇਹ ਚਿੰਤਾ ਵਿੱਚ ਪਿਆ ਹੋਇਆ, ਉਹਦੀ ਚਿੰਤਾ ਪਰਮੇਸ਼ਵਰ ਜਾਣਦਾ ਸੀ। ਉਹਨੇ ਆਪਣਾ ਸਵਰਗ ਦੂਤ ਘੱਲ ਦਿੱਤਾ ਜੀ। ਕੀ ਕਰ ਦਿੱਤਾ? ਸਵਰਗ ਦੂਤ ਘੱਲ ਦਿੱਤਾ। ਸਵਰਗ ਦੂਤ ਘੱਲਿਆ ਤਾਂ ਸਵਰਗ ਦੂਤ ਨੇ ਯੂਸਫ ਨੂੰ ਕੀ ਆਖਿਆ? ਹਾਂਜੀ, ਹੇ ਯੂਸਫ ਦਾਊਦ ਦੇ ਪੁੱਤਰ, ਹੇ ਯੂਸਫ ਦਾਊਦ ਦੇ ਪੁੱਤਰ, ਤੂੰ ਆਪਣੀ ਪਤਨੀ ਮਰੀਮ ਨੂੰ, ਤੂੰ ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ। ਬੋਲੋ ਹਾਲੇਲੂਯਾ। ਕੀ ਕਹਿੰਦਾ ਯੂਸਫ? ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ। ਕਿਉਂ? ਕਿਉਂ ਜਿਹੜਾ ਜੰਮੇਗਾ ਕੀ? ਹਾਂਜੀ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ, ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। ਬੋਲੋ ਹਾਲੇਲੂਯਾ। ਯੂਸਫ ਨੂੰ ਨਹੀਂ ਪਤਾ ਸੀ, ਜਦੋਂ ਸਵਰਗ ਦੂਤ ਨੇ ਦੱਸਿਆ ਫਿਰ ਪਤਾ ਲੱਗਿਆ। ਕਹਿੰਦਾ ਜਿਹੜਾ ਉਹਦੀ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ, ਅਤੇ ਉਹ ਪੁੱਤਰ ਜਣੇਗੀ। ਉਹ ਕੀ ਜਣੇਗੀ? ਪੁੱਤਰ ਜਣੇਗੀ। ਨੋਟ ਕਰੋ ਗੱਲ, ਅੱਜ ਇੱਥੇ ਦੁਨੀਆਂ ਦੇ ਉੱਤੇ ਬਹੁਤ ਸਾਰੇ ਗੁਰੂ ਰਹਿਬ ਰਫੀਰ ਫਕੀਰ ਆਏ, ਬਹੁਤ ਜੰਮੇ, ਬਹੁਤ ਲੋਕਾਂ ਦੇ ਦਿਨ ਵੀ ਮਨਾਉਂਦੇ ਲੋਕ, ਪਰ ਕਿਸੇ ਨੂੰ ਸਵਰਗ ਦੂਤ ਨੇ ਕਦੇ ਨਹੀਂ ਕਿਹਾ ਕਿ ਇਹ ਪਵਿੱਤਰ ਆਤਮਾ ਤੋਂ ਹੈ, ਤੂੰ ਉਹਦਾ ਨਾਮ ਯਸੂ ਰੱਖੀ। ਯੂਸਫ ਨੂੰ ਆ ਕੇ ਸਵਰਗ ਦੂਤ ਇਹ ਦੱਸ ਰਿਹਾ, ਤੂੰ ਉਹਦਾ ਨਾਮ ਯਸੂ ਰੱਖੀ। ਪਰਮੇਸ਼ਵਰ ਦਾ ਕੰਮ ਇਹੀ ਸੀ ਕਿ ਲੋਕਾਂ ਨੂੰ ਪਾਪ ਤੋਂ ਛੁਟਕਾਰਾ ਕਿਵੇਂ ਮਿਲੇ, ਕਿਵੇਂ ਮੈਂ ਉਹਨੂੰ ਛੁਡਾਵਾਂ, ਉਹ ਜਿਹੜੀ ਮੇਰੀ ਪਰਜਾ ਹੈ, ਜਿਹੜੇ ਮੇਰੇ ਲੋਕ ਹੈ ਪਾਪ ਦੇ ਥੱਲੇ ਦਬੇ ਹੋਏ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਛੁਡਾਵਾਂ। ਉਹਨਾਂ ਨੂੰ ਪਰਮੇਸ਼ਵਰ ਨੇ ਇੰਤਜ਼ਾਮ ਕੀਤਾ ਆਪਣਾ ਪੁੱਤਰ, ਪੁੱਤਰ ਦੇ ਰੂਪ ਵਿੱਚ, ਛੋਟਾ ਰੂਪ ਕਰਕੇ, ਇਨਸਾਨ ਬਣ ਕੇ ਇਸ ਸੰਸਾਰ ਵਿੱਚ ਆ ਗਿਆ। ਬੋਲੋ ਹਾਲੇਲੂਯਾ। ਹਾਲੇਲੂਯਾ। ਸੰਸਾਰ ਵਿੱਚ ਪੁੱਤਰ ਬਣ ਕੇ ਆ ਗਿਆ, ਪਿਤਾ ਪੁੱਤਰ ਬਣ ਕੇ ਆ ਗਿਆ। ਇਸ ਕਰਕੇ ਪੁੱਤਰ ਬਣ ਕੇ ਆਇਆ ਤਾਂ ਕਿ ਪੂਰੇ ਸੰਸਾਰ ਨੂੰ ਪਾਪ ਤੋਂ ਕੀ ਕਰ ਸਕੇ? ਆਜ਼ਾਦ, ਆਜ਼ਾਦ ਕਰ ਸਕੇ। ਪਿਆਰਿਓ, ਸਾਨੂੰ ਆਜ਼ਾਦ ਕਰਨ ਵਾਸਤੇ ਉਹਨੇ ਆਪਣਾ ਰੂਪ ਛੋਟਾ ਜਿਹਾ ਕਰ ਲਿਆ, ਛੋਟਾ ਬਣ ਗਿਆ, ਨਿੱਕਾ ਬਣ ਗਿਆ, ਹੈ ਨਾ, ਖੁਰਲੀ ਵਿੱਚ ਜਨਮ ਲਿਆ, ਤਾਂ ਕਿ ਹਰ ਇੱਕ ਉਹਦੇ ਦਰਸ਼ਨ ਕਰ ਸਕੇ। ਜੇ ਕਿਤੇ ਵੱਡੇ ਘਰ ਵਿੱਚ ਜਨਮ ਲੈ ਲੈਂਦਾ ਪ੍ਰਭੂ ਯਿਸੂ ਸੀ, ਕੋਈ ਦਰਸ਼ਨ ਕਰ ਨਹੀਂ ਸੀ ਸਕਦਾ। ਇਸ ਕਰਕੇ ਛੋਟੀ ਨੀਵਾ ਕਰ ਲਿਆ ਆਪਣੇ ਆਪ ਨੂੰ, ਤਾਂ ਕਿ ਹਰ ਇੱਕ ਇਨਸਾਨ ਉਹਦੇ ਕੋਲੇ ਆ ਸਕੇ। ਬੋਲੋ ਹਾਲੇਲੂਯਾ। 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 ਹਾਂਜੀ, ਅੱਗੇ
ਇਹ ਸਭ ਕੁਝ ਇਸ ਲਈ ਹੋਇਆ ਭਾਈ ਜਿਹੜੀ ਗੱਲ ਪ੍ਰਭੂ ਨੇ ਨਬੀ ਦੀ ਜਵਾਨੀ ਆਖੀ ਸੀ ਹਾਂ ਜਿਹੜੀ ਗੱਲ ਪ੍ਰਭੂ ਨੇ ਨਬੀ ਦੀ ਜਵਾਨੀ ਆਖੀ ਸੀ ਉਹ ਪੂਰੀ ਹੋਵੇ ਬੋਲੋ ਹਾਲੇਲੂਇਆ ਹਾਲੇਲੂਇਆ ਪੂਰੀ ਹੋਵੇ ਪੂਰੀ ਹੋ ਜਾਵੇ ਦੇਖੋ ਇੱਕ ਕੁਵਾਰੀ ਗਰਭਣੀ ਹੋਵੇਗੀ ਦੇਖੋ ਇੱਕ ਕੁਵਾਰੀ ਗਰਭਣੀ ਹੋਵੇਗੀ ਅਤੇ ਪੁੱਤਰ ਜਣੇਗੀ ਉਹ ਪੁੱਤਰ ਜਣੇਗੀ ਅਤੇ ਉਹਦਾ ਨਾਮ ਇਮੈਨੂਅਲ ਰੱਖਣਗੇ ਉਹਦਾ ਨਾਮ ਕੀ ਰੱਖਣਗੇ ਇਮੈਨੂਅਲ ਇਮੈਨੂਅਲ ਪਰਮੇਸ਼ਰ ਨੇ 748 ਸਾਲ ਪਹਿਲਾਂ ਆਪਣੇ ਸੰਤ ਦੇ ਦੁਆਰਾ ਜਿਸ਼ਾਇਆ ਨਬੀ ਦੇ ਦੁਆਰਾ ਭਵਿੱਖਬਾਣੀ ਕਰਤੀ ਵੇਖੋ ਇੱਕ ਗਰਭਵਤੀ ਹੋਵੇਗੀ ਉਹ ਪੁੱਤਰ ਜਣੇਗੀ ਉਹਦਾ ਨਾਮ ਇਮੈਨੂਅਲ ਰੱਖਿਆ ਜਾਵੇਗਾ ਜਿਹਦਾ ਅਰਥ ਹੈ ਪਰਮੇਸ਼ਰ ਸਾਡੇ ਸੰਗ ਅੱਜ ਪਰਮੇਸ਼ਰ ਸਾਡੇ ਨਾਲ ਹੈ ਕਿਉਂ ਯਿਸੂ ਮਸੀਹ ਸਾਡੇ ਵਾਸਤੇ ਆ ਗਿਆ ਯਿਸੂ ਮਸੀਹ ਨੇ ਸਾਡੇ ਦਿਲਾਂ ਵਿੱਚ ਕੀ ਕਰ ਲਿਆ ਜਨਮ ਲੈ ਲਿਆ ਸਾਡੇ ਦਿਲਾਂ ਵਿੱਚ ਕੀ ਲੈ ਲਿਆ ਜੀ ਜਨਮ ਲੈ ਲਿਆ ਯਿਸੂ ਮਸੀਹ ਨੇ ਜਨਮ ਲੈ ਲਿਆ ਅੱਜ ਸਾਡੇ ਦਿਲਾਂ ਵਿੱਚ ਯਿਸੂ ਮਸੀਹ ਨੇ ਜਨਮ ਲੈ ਲਿਆ ਤੇ ਉਹ ਇਸ ਕਰਕੇ ਜਨਮ ਲਿਆ ਤਾਂ ਕਿ ਪਾਪਾਂ ਤੋਂ ਕੀ ਕਰਦੇ ਸਾਨੂੰ ਆਜ਼ਾਦ ਕਰਦੇ ਜਿੱਥੇ ਯਿਸੂ ਮਸੀਹ ਹੈ ਉੱਥੇ ਪਾਪ ਨਹੀਂ ਰਹਿ ਸਕਦਾ ਜਿੱਥੇ ਯਿਸੂ ਮਸੀਹ ਹੈ ਉੱਥੇ ਬਿਮਾਰੀ ਨਹੀਂ ਰਹਿ ਸਕਦੀ ਜਿੱਥੇ ਯਿਸੂ ਮਸੀਹ ਹੈ ਉੱਥੇ ਗਰੀਬੀ ਨਹੀਂ ਰਹਿ ਸਕਦੀ ਜਿੱਥੇ ਯਿਸੂ ਮਸੀਹ ਹੈ ਉੱਥੇ ਸ਼ੈਤਾਨ ਦੀ ਕੋਈ ਤਾਕਤ ਵੀ ਖੜ ਨਹੀਂ ਸਕਦੀ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਮਹਾਨ ਸ਼ਕਤੀ ਹੈ ਯਿਸੂ ਮਸੀਹ ਸਾਰੀਆਂ ਸ਼ਕਤੀਆਂ ਤੋਂ ਮਹਾਨ ਸ਼ਕਤੀ ਤੇ ਵੱਡੀ ਸ਼ਕਤੀ ਹੈ ਉਹਦਾ ਨਾਮ ਲੈ ਕੇ ਧਰਤੀ ਉਤਰਿਆ ਧਰਤੀ ਦੇ ਹੇਠਲਿਆਂ ਵਿੱਚੋਂ ਆਕਾਸ਼ ਉਤਰਿਆਂ ਵਿੱਚੋਂ ਹਰ ਇੱਕ ਗੋਡਾ ਨਿਵਾਇਆ ਜਾਵੇਗਾ ਪਰਮੇਸ਼ਰ ਦੀ ਬਾਣੀ ਦੱਸਦੀ ਹੈ ਹਰ ਇੱਕ ਗੋਡਾ ਨਿਵਾਇਆ ਜਾਵੇਗਾ ਹਰ ਇੱਕ ਜੀਵ ਇਕਰਾਰ ਕਰੇਗੀ ਯਿਸੂ ਹੀ ਪ੍ਰਭੂ ਹੈ ਯਿਸੂ ਹੀ ਪ੍ਰਭੂ ਹੈ ਐਦੋਂ ਵੱਡੀ ਖੁਸ਼ੀ ਦੀ ਖਬਰ ਕੋਈ ਵੀ ਹੋ ਨਹੀਂ ਸਕਦੀ ਨਹੀਂ ਸਕਦੀ ਉਹਦਾ ਨਾਮ ਯਿਸੂ ਰੱਖੀ ਜਿਹਦਾ ਅਰਥ ਹੈ ਪਰਮੇਸ਼ਰ ਸਾਡੇ ਸੰਗ ਫਿਰ ਹਿੰਦੁਸਤਾਨ ਦੇ ਪੰਡਤਾਂ ਨੂੰ ਪਤਾ ਲੱਗਿਆ ਦੂਸਰਾ ਦੇ ਹਿੰਦੁਸਤਾਨ ਦੇ ਪੰਡਤਾਂ ਨੂੰ ਪਤਾ ਲੱਗਿਆ ਕਿ ਇੱਕ ਸਾਡੇ ਵਾਸਤੇ ਮੁਕਤੀ ਦਾਤਾ ਜੰਮੇਗਾ ਉਹਦੇ ਵਾਸਤੇ ਹਿੰਦੁਸਤਾਨ ਦੇ ਵਿੱਚੋਂ ਪੰਡਤ ਗਏ ਸੁਗਾਤਾਂ ਲੈ ਕੇ ਗਏ ਸਾਨੂੰ ਵੀ ਪ੍ਰਭੂ ਦੇ ਘਰ ਵਿੱਚ ਜਦੋਂ ਆਉਂਦੇ ਆ ਸੁਗਾਤਾਂ ਲੈ ਕੇ ਆਉਣੀਆਂ ਚਾਹੀਦੀਆਂ ਨੇ ਛੋਟੀਆਂ ਜਾਂ ਵੱਡੀਆਂ ਇਹ ਨਹੀਂ ਹੈ ਅਸੀਂ ਕੀ ਲੈ ਕੇ ਆ ਆਪਣੀ ਕਪੈਸਿਟੀ ਮੁਤਾਬਕ ਜ਼ਰੂਰ ਲੈ ਕੇ ਆਉਣੀਆਂ ਚਾਹੀਦੀਆਂ ਨੇ ਕਿਉਂਕਿ ਖੁਸ਼ੀ ਦੇ ਸਮੇਂ ਤੇ ਅਸੀਂ ਇਕੱਠੇ ਹੁੰਦੇ ਹਾਂ ਥੋਮਸ ਦੱਸ ਰਿਹਾ ਸੀਗਾ ਖਰਚਾ ਇਹਨਾਂ ਨੇ ਕੀਤਾ ਭਾਈਆਂ ਨੇ ਨੋਟ ਕਰੀ ਗੱਲ ਜਿਹੜਾ ਵੱਧ ਬੀਜੇਗਾ ਵੱਧ ਵੱਡੇਗਾ ਜਾਂ ਘੱਟ ਬੀਜੇਗਾ ਘੱਟ ਵੱਡੇਗਾ ਘੱਟ ਵੱਡੇਗਾ ਮੈਂ ਤਾਂ ਇਹ ਚਾਹੂੰਗਾ ਸਾਰੇ ਇੱਕੋ ਜਿਹਾ ਵੱਢਣ ਸਾਰੇ ਇੱਕੋ ਜਿਹਾ ਵੱਢਣ ਕਿਉਂ ਜੇ ਬੀਜ ਪਾਵਾਂਗੇ ਤਾਂ ਫਸਲ ਉੱਗੇਗੀ ਫਸਲ ਉੱਗੇਗੀ ਤਾਂ ਅਸੀਂ ਵੱਢਾਂਗੇ ਕੱਟਾਂਗੇ ਜੇ ਅਸੀਂ ਬੀਜਾਂਗੇ ਨਹੀਂ ਤਾਂ ਅਸੀਂ ਵੱਢ ਵੀ ਨਹੀਂ ਸਕਦੇ ਧਿਆਨ ਦੇਈਏ ਜਦੋਂ ਪੰਡਤਾਂ ਨੇ ਆਏ ਪੰਡਤ ਆਏ ਪੰਡਤਾਂ ਨੇ ਕੀ ਕੁਝ ਦਿੱਤਾ ਦੂਸਰੀ ਤੀਸਰੀ ਹੱਥ ਪੜ੍ਹ ਲਈ ਜਿਹੜਾ ਯਹੂਦੀਆਂ ਦਾ ਪਾਸ਼ਾ ਜੰਮਿਆ ਹੈ ਹਾਂ ਜਿਹੜਾ ਯਹੂਦੀਆਂ ਦਾ ਪਾਸ਼ਾ ਜੰਮਿਆ ਹੈ ਕਿੱਥੇ ਹੈ ਉਹ ਕਿੱਥੇ ਹੈ ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਵੇਖਿਆ ਹੈ ਕਿਉਂਕਿ ਅਸੀਂ ਚੜ੍ਹਦੇ ਪਾਸੇ ਉਹਦੇ ਤਾਰੇ ਨੂੰ ਦੇਖਿਆ ਹੈ ਯਹੂਦੀਆਂ ਦਾ ਪਾਸ਼ਾ ਕਿੱਥੇ ਜੰਮਿਆ ਹੈ ਚੜ੍ਹਦੇ ਪਾਸੇ ਦਾ ਤਾਰਾ ਵੇਖਿਆ ਹੈ ਅਤੇ ਉਸ ਨੇ ਸਾਰੇ ਪ੍ਰਧਾਨ ਜਾਜਕਾਂ ਤੇ ਕੌਮ ਦੇ ਗ੍ਰੰਥੀਆਂ ਨੂੰ ਇਕੱਠਾ ਕਰਕੇ ਸਾਰੇ ਪ੍ਰਧਾਨ ਜਾਜਕਾਂ ਨੂੰ ਕੌਮ ਦੇ ਗ੍ਰੰਥੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਪੁੱਛਿਆ ਕਿ ਮਸੀਹ ਕਿੱਥੇ ਜੰਮੇਗਾ ਮਸੀਹ ਕਿੱਥੇ ਜੰਮੇਗਾ ਪਿਆਰਿਓ ਪਰਮੇਸ਼ਵਰ ਸਾਨੂੰ ਇੱਕ ਨਿਸ਼ਾਨ ਦਿੰਦਾ ਹੈ ਮਸੀਹ ਕਿੱਥੇ ਜੰਮੇਗਾ ਉਹਨਾਂ ਨੇ ਉਸ ਨੂੰ ਕਿਹਾ ਉਹਨਾਂ ਨੇ ਉਸ ਨੂੰ ਆਖਿਆ ਯਹੂਦੀਆ ਦੇ ਬੈਤਲਹਮ ਵਿੱਚ ਕਿੱਥੇ ਜੰਮੇਗਾ ਯਹੂਦੀਆ ਦੇ ਬੈਤਲਹਮ ਵਿੱਚ ਕਿਉਂ ਜੋ ਨਬੀਆਂ ਦੇ ਰਾਹੀਂ ਦੱਸਿਆ ਗਿਆ ਸੀ ਇਹ ਆਖਿਆ ਗਿਆ ਸੀ ਇਹ ਭਵਿੱਖਬਾਣੀਆਂ ਹੋਈਆਂ ਹੇ ਯਹੂਦਾ ਹੇ ਬੈਤਲਹਮ ਯਹੂਦਾ ਦੇਸ਼ ਦੇ ਹੇ ਬੈਤਲਹਮ ਯਹੂਦਾ ਦੇ ਦੇਸ਼ ਤੂੰ ਯਹੂਦਾ ਦੇ ਹਾਕਮਾਂ ਵਿੱਚੋਂ ਕਿਸੇ ਨਾਲੋਂ ਛੋਟਾ ਨਹੀਂ ਹੈ ਕਿਉਂਕਿ ਤੇਰੇ ਵਿੱਚੋਂ ਇੱਕ ਸਰਦਾਰ ਪੈਦਾ ਹੋਵੇਗਾ ਤੇਰੇ ਵਿੱਚੋਂ ਕੀ ਹੋਵੇਗਾ ਇੱਕ ਸਰਦਾਰ ਪੈਦਾ ਹੋਵੇਗਾ ਸਰਦਾਰ ਯਿਸੂ ਮਸੀਹ ਸਰਦਾਰ ਦਾ ਸਰਦਾਰ ਰਾਜਾ ਦਾ ਰਾਜਾ ਪ੍ਰਭੂਆਂ ਦਾ ਪ੍ਰਭੂ ਬੋਲੋ ਹਾਲੇਲੂਇਆ ਹਾਲੇਲੂਇਆ ਪੈਦਾ ਹੋਵੇਗਾ ਹਾਂਜੀ ਕਿਉਂ ਜੋ ਤੇਰੇ ਵਿੱਚ ਇੱਕ ਹਾਕਮ ਨਿਕਲੇਗਾ ਤੇਰੇ ਵਿੱਚ ਇੱਕ ਹਾਕਮ ਨਿਕਲੇਗਾ ਜਿਹੜਾ ਮੇਰੀ ਪਰਜਾ ਇਸਰਾਇਲ ਦੀ ਕੀ ਕਰੇਗਾ ਜੀ ਪਾਲਣਾ ਕਰੇਗਾ ਇਸਰਾਇਲ ਦੀ ਪਾਲਣਾ ਕਰੇਗਾ ਕਿਵੇਂ ਪਾਲਣਾ ਕਰੇਗਾ ਹਰ ਗੱਲ ਵਿੱਚ ਸਭ ਤੋਂ ਪਹਿਲਾਂ ਪਾਪਾਂ ਨੂੰ ਮਾਫ ਕਰੂਗਾ ਪਾਪਾਂ ਦਾ ਵੱਡਾ ਕਰਜ਼ਾ ਸਾਫ਼ ਕਰੇਗਾ ਹਾਂਜੀ ਤਦ ਹੈਰੋਦੇਸ਼ ਨੇ ਜੋ ਪਿਛਿਆਂ ਨੂੰ ਚੁੱਪ ਕੀਤੇ ਬੁਲਾ ਕੇ ਕਿਹਾ
ਉਹਨਾਂ ਕੋਲੋਂ ਠੀਕ ਠੀਕ ਪਤਾ ਲਿਆ, ਉਹਨਾਂ ਤੋਂ ਸਹੀ ਪਤਾ ਲਿਆ ਤਾਰਾ ਕਦੋਂ ਦਿਖਾਈ ਦਿੱਤਾ ਸੀ। ਅਤੇ ਉਸਨੇ ਉਹਨਾਂ ਨੂੰ ਬੈਤਲਹਮ ਵੱਲ ਇਹ ਕਹਿ ਕੇ ਘੱਲਿਆ, ਬੈਤਲਹਮ ਵੱਲ ਇਹ ਕਹਿ ਕੇ ਘੱਲਿਆ, ਭਾਈ ਜਾਓ ਜਾਓ ਜਤਨ ਨਾਲ ਉਸ ਬਾਲਕ ਦੀ ਭਾਲ ਕਰੋ। ਕੀ ਕਹਿੰਦਾ? ਜਤਨ ਨਾਲ ਉਸ ਬਾਲਕ ਦੀ ਕੀ ਕਰੋ? ਭਾਲ ਕਰੋ। ਸਾਨੂੰ ਅੱਜ ਜਤਨ ਨਾਲ ਭਾਲ ਕਰਨੀ ਚਾਹੀਦੀ ਹੈ ਜਿਹੜੇ ਹਜੇ ਦੂਰ ਨੇ। ਰਾਜਾ ਵੀ ਚਾਹੁੰਦਾ ਸੀ ਕਿ ਦਰਸ਼ਨ ਕਰਾਂ ਮੈਂ, ਕਹਿੰਦਾ ਜਤਨ ਨਾਲ ਉਹਦੀ ਭਾਲ ਕਰੋ, ਜਦੋਂ ਤੁਹਾਨੂੰ ਲੱਭ ਪਵੇ ਮੈਨੂੰ ਵੀ ਆ ਕੇ ਦੱਸਣਾ ਤਾਂ ਜੋ ਮੈਂ ਵੀ ਉਹਨੂੰ ਮੱਥਾ ਟੇਕ ਸਕਾਂ। ਹਾਂਜੀ, ਉਹ ਰਾਜੇ ਦੀ ਸੁਣ ਕੇ ਤੁਰ ਪਏ, ਉਹ ਰਾਜੇ ਦੀ ਸੁਣ ਕੇ ਤੁਰ ਪਏ। ਅਤੇ ਵੇਖੋ ਉਹ ਤਾਰਾ ਜਿਹੜਾ ਉਹਨਾਂ ਨੇ ਚੜ੍ਹਦੇ ਪਾਸੇ ਡਿੱਠਾ ਸੀ ਉਹਨਾਂ ਦੇ ਅੱਗੇ ਅੱਗੇ ਚੱਲਿਆ। ਉਹ ਤਾਰਾ ਜਿਹੜਾ ਚੜ੍ਹਦੇ ਪਾਸੇ ਵੇਖਿਆ ਸੀ ਉਹਨਾਂ ਦੇ ਅੱਗੇ ਅੱਗੇ ਚੱਲ ਪਿਆ। ਹਾਂਜੀ, ਇੱਥੋਂ ਦੇਖ ਜੋ ਉਸ ਥਾਂ ਤੇ ਜਾ ਟਿਕਿਆ, ਹਾਂ ਉਹ ਉਸ ਥਾਂ ਤੇ ਜਾ ਟਿਕਿਆ ਜਿੱਥੇ ਉਹ ਬਾਲਕ ਸੀ, ਜਿੱਥੇ ਉਹ ਬਾਲਕ ਸੀ, ਜਿੱਥੇ ਯਿਸੂ ਮਸੀਹ ਪੈਦਾ ਹੋਏ ਸੀ, ਬੈਤਲਹਮ ਦੇ ਵਿੱਚ ਜਿਹੜੀ ਪਹਿਲੀ ਮਰਦਮਸ਼ਵਾਰੀ ਹੋਈ ਸੀ, ਮਰਦਮਸ਼ਵਾਰੀ ਗਿਣਤੀ ਵਾਸਤੇ ਗਏ ਸੀ। ਸਾਡੇ ਕੋਲੇ ਅੱਜ ਮਰਦਮਸ਼ਵਾਰੀ ਉਦੋਂ ਤੋਂ ਚੱਲੀ ਹੈ, ਅੱਜ ਪੂਰੀ ਦੁਨੀਆ ਦੀ ਗਿਣਤੀ ਹੋ ਗਈ, ਪੂਰਾ ਪਤਾ ਲੱਗ ਜਾਂਦਾ ਸਾਡੇ ਭਾਰਤ ਦੇਸ਼ ਦੇ ਕਿੰਨੇ ਲੋਕ ਨੇ, ਸਾਡੇ ਪੰਜਾਬ ਦੇ ਕਿੰਨੇ ਲੋਕ ਨੇ, ਸਾਡੇ ਜ਼ਿਲ੍ਹੇ ਦੇ ਕਿੰਨੇ ਲੋਕ ਨੇ, ਸਾਡੇ ਇੰਡੀਆ ਦੇ ਕਿੰਨੇ ਲੋਕ ਨੇ, ਪਤਾ ਲੱਗ ਜਾਂਦਾ ਹੈ। ਇਹ ਪਹਿਲੀ ਵਾਰ ਦੁਸ਼ਮਣੀ ਹੋਈ ਸੀ ਤਾਂ ਪੜ੍ਹੀਏ ਕੀ ਲਿਖਿਆ। ਹਾਂਜੀ, ਅਤੇ ਤਾਰੇ ਨੂੰ ਵੇਖ ਕੇ ਉਹ ਵੱਡੇ ਆਨੰਦ ਹੋਏ। ਕੀ ਕਹਿੰਦੇ? ਤਾਰੇ ਨੂੰ ਵੇਖ ਕੇ ਕੀ ਹੋਏ? ਵੱਡੇ ਆਨੰਦ ਆਨੰਦ ਹੋਏ, ਕਿਉਂਕਿ ਤਾਰਾ ਯਿਸੂ ਮਸੀਹ ਕੋਲੇ ਉਹਨਾਂ ਨੂੰ ਲੈ ਗਿਆ ਲੈ ਗਿਆ। ਬੋਲੋ ਹਾਲੇਲੂਇਆ। ਤਾਰੇ ਨੂੰ ਵੇਖ ਕੇ ਵੱਡੇ ਆਨੰਦ ਹੋਏ, ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਮ ਦੇ ਨਾਲ ਬਿਠਾ। ਬੋਲੋ ਹਾਲੇਲੂਇਆ। ਜਾ ਕੇ ਬਾਲਕ ਨੂੰ, ਯਿਸੂ ਮਸੀਹ ਨੂੰ ਆਪਣੀ ਮਾਤਾ ਮਰੀਮ ਦੇ ਨਾਲ ਵੇਖਿਆ, ਅਤੇ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ। ਕੀ ਟੇਕਿਆ? ਮੱਥਾ ਟੇਕਿਆ। ਉਹਨਾਂ ਪੰਡਤਾਂ ਨੇ ਜਾ ਕੇ ਮੱਥਾ ਟੇਕਿਆ, ਅਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ ਧਿਆਨ ਲਈਏ, ਆਪਣੀਆਂ ਥੈਲੀਆਂ ਖੋਲੀਆਂ, ਇੱਕ ਨੇ ਸੋਨਾ ਭੇਟ ਚੜਾਇਆ ਪ੍ਰਭੂ ਯਿਸੂ ਮਸੀਹ ਨੂੰ। ਸੋਨਾ ਕਿਹਨੂੰ ਚੜਦਾ ਭੇਟ? ਰਾਜਿਆਂ ਨੂੰ, ਰਾਜਿਆਂ ਦਾ ਰਾਜਾ ਪ੍ਰਭੂ ਯਿਸੂ ਮਸੀਹ ਉਹਨੂੰ ਸੋਨਾ ਭੇਟ ਕੀਤਾ। ਹਾਂਜੀ, ਅਤੇ ਲਵਾਨ, ਫਿਰ ਦੂਸਰੇ ਨੇ ਲਵਾਨ, ਲਵਾਨ ਕੀ ਹੁੰਦਾ? ਇੱਕ ਧੂਫ ਦੇ ਵਿੱਚ ਪੈਂਦਾ, ਕਾਹਦੇ ਵਿੱਚ ਪੈਂਦਾ ਜੀ? ਧੂਫ ਵਿੱਚ, ਧੂਫ ਦੇ ਵਿੱਚ, ਤਾਂ ਕਿ ਉਹਦੀ ਸੁਗੰਧੀ ਪੂਰੀ ਦੁਨੀਆ ਵਿੱਚ ਕੀ ਜਾਵੇ? ਫੈਲ ਜਾਵੇ। ਲਵਾਨ ਚੜਾਇਆ, ਹਾਂਜੀ, ਅਤੇ ਗੰਧਰਸ ਉਹਦੀ ਭੇਟ ਚੜਾਏ, ਫਿਰ ਗੰਧਰਸ ਉਹਦੀ ਭੇਟ ਚੜਾਏ। ਗੰਧਰਸ ਮਲਮ ਵਿੱਚ ਪੈਂਦਾ ਹੈ, ਕਿੱਥੇ ਪੈਂਦਾ? ਮਲਮ ਵਿੱਚ, ਤਾਂ ਕਿ ਦੁਖੀਆਂ ਦੇ ਪੱਟੀ ਬੰਨੇ। ਪ੍ਰਭੂ ਯਿਸੂ ਮਸੀਹ ਦੁਖੀਆਂ ਨੂੰ ਦੁਖੀ ਵੇਖ ਕੇ ਖੁਸ਼ ਨਹੀਂ ਸੀ ਹੁੰਦੇ, ਹੱਥ ਵਧਾਉਂਦੇ ਸੀ, ਲੋਕ ਚੰਗੇ ਹੋ ਜਾਂਦੇ ਸੀ। ਦੁਖੀਆਂ ਦਾ ਸਹਾਰਾ ਸਿਰਫ ਪ੍ਰਭੂ ਯਿਸੂ ਮਸੀਹ ਨੇ, ਹੋਰ ਕੋਈ ਦੁਖੀਆਂ ਦਾ ਸਹਾਰਾ ਨਹੀਂ। ਇੱਕ ਵਾਰੀ ਪ੍ਰਭੂ ਯਿਸੂ ਮਸੀਹ ਖਾਣਾ ਖਾ ਰਹੇ ਸੀ, ਰੋਟੀ ਖਾ ਰਹੇ ਸੀ ਆਪਣੇ ਚੇਲਿਆਂ ਦੇ ਨਾਲ ਤੇ ਹੋਰ ਬੰਦਿਆਂ ਦੇ ਨਾਲ ਜਿਹੜੇ ਸ਼ਰਾਬੀ, ਕਬਾਬੀ, ਠੱਗ, ਚੋਰ, ਲੁਟੇਰੇ ਸੀ, ਉਹਨਾਂ ਨਾਲ ਬੈਠ ਕੇ ਰੋਟੀ ਖਾ ਰਿਹਾ ਸੀ। ਜਿਹੜੇ ਫਰੀਸੀ ਸੀਗੇ ਉਹ ਕਹਿੰਦੇ ਤੁਹਾਡਾ ਗੁਰੂ ਸ਼ਰਾਬੀਆਂ ਨਾਲ ਬੈਠ ਕੇ ਰੋਟੀ ਖਾਂਦਾ ਹੈ, ਤੁਹਾਡਾ ਗੁਰੂ ਪਾਪੀਆਂ ਨਾਲ ਬੈਠ ਕੇ ਰੋਟੀ ਖਾਂਦਾ ਹੈ। ਯਿਸੂ ਮਸੀਹ ਨੇ ਉਹਨਾਂ ਨੂੰ ਜਵਾਬ ਦਿੱਤਾ। ਇੱਕ ਗੱਲ ਧਿਆਨ ਰੱਖੀਏ ਕਿ ਪਰਮੇਸ਼ਵਰ ਪਾਪ ਨਾਲ ਨਫ਼ਰਤ ਕਰਦੇ ਨੇ, ਪਾਪੀ ਤੋਂ ਨਫ਼ਰਤ ਨਹੀਂ ਕਰਦੇ, ਪਾਪੀ ਨੂੰ ਬਚਾਉਣ ਵਾਸਤੇ ਆਏ ਨੇ। ਉਹਨਾਂ ਨੂੰ ਜਵਾਬ ਦਿੱਤਾ, ਨਵੇਂ ਨਰੋਇਆਂ ਨੂੰ ਹਕੀਮ ਦੀ ਜ਼ਰੂਰਤ ਨਹੀਂ। ਹਕੀਮ ਦੀ ਜ਼ਰੂਰਤ ਕਿਹਨਾਂ ਨੂੰ ਹੈ? ਜਿਹੜੇ ਬਿਮਾਰ ਨੇ। ਮੈਂ ਕਹਿੰਦਾ ਧਰਮੀਆਂ ਵਾਸਤੇ ਨਹੀਂ ਬਲਕਿ ਪਾਪੀਆਂ ਵਾਸਤੇ ਆਇਆ। ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਵਾਸਤੇ ਆਇਆ, ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਵਾਸਤੇ ਆਏ ਨੇ, ਹੈਨਾ। ਉਹਨਾਂ ਨੂੰ ਆਏ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ, ਉਹਨਾਂ ਨੂੰ ਬਚਾਉਣ ਵਾਸਤੇ ਆਏ। ਲੁਕਾ ਦੂਸਰਾ ਦੇ 8 ਵਚਨ, ਜਿਹੜੇ ਹਨੇਰੇ ਵਿੱਚ ਲੋਕ ਸੀ ਉਹਨਾਂ ਵਾਸਤੇ ਆਏ ਨੇ, ਜਿਹੜੇ ਪਹਿਲੇ ਚੈਨਲ ਵਿੱਚ ਰਹਿੰਦੇ ਨੇ ਉਹਨਾਂ ਨੂੰ ਜ਼ਰੂਰਤ ਨਹੀਂ, ਉਹਨਾਂ ਵਾਸਤੇ ਯਿਸੂ ਮਸੀਹ ਨਹੀਂ ਆਏ। ਯਿਸੂ ਮਸੀਹ ਪਾਪੀ ਲੋਕਾਂ ਵਾਸਤੇ ਆਇਆ, ਵੈਸੇ ਸਾਰਾ ਸੰਸਾਰ ਪਾਪੀ ਹੈ, ਪਾਪ ਤੋਂ ਬਚਾਉਣ ਵਾਸਤੇ ਯਿਸੂ ਮਸੀਹ ਆਏ ਨੇ। ਹਰ ਇੱਕ ਪਾਪੀ ਨੂੰ ਪ੍ਰਭੂ ਯਿਸੂ ਮਸੀਹ ਦੀ ਕੀ ਹੈ ਜੀ? ਜ਼ਰੂਰਤ ਹੈ, ਲੋੜ ਹੈ। ਹਰ ਇੱਕ ਪਾਪੀ ਨੂੰ ਤੋਬਾ ਕਰਨ ਦੀ ਜ਼ਰੂਰਤ ਹੈ, ਹਰ ਇੱਕ ਪਾਪੀ ਨੂੰ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਬੁਲਾਉਣ ਦੀ ਜ਼ਰੂਰਤ ਹੈ। ਹਾਂਜੀ, ਉਸ ਦੇਸ਼ ਵਿੱਚ ਅਜਾਲੀ ਸਨ, ਉਸ ਦੇਸ਼ ਵਿੱਚ ਅਜਾਲੀ ਸਨ ਜੋ ਰਣ ਵਿੱਚ ਰਹਿੰਦੇ। ਦੇਖਿਆ, ਉਸ ਦੇਸ਼ ਵਿੱਚ ਅਜਾਲੀ ਸਨ ਜੋ ਰਣੇ ਮੈਦਾਨ ਵਿੱਚ ਰਹਿੰਦੇ ਸੀ, ਰਣ ਵਿੱਚ ਰਹਿੰਦੇ ਸੀ, ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ। ਰਾਤ ਨੂੰ ਆਪਣੇ ਇੱਜੜ ਦੀ ਕੀ ਕਰ ਰਹੇ ਸੀਗੇ?
ਰਾਖੀ ਕਰ ਰਹੇ ਸੀ, ਰਾਤ ਨੂੰ ਆਪਣੇ ਇੱਜੜ ਦੀ ਰਖਵਾਲੀ ਕਰ ਰਹੇ ਸੀ। ਪ੍ਰਭੂ ਦਾ ਇੱਕ ਦੂਤ, ਪ੍ਰਭੂ ਦਾ ਇੱਕ ਸਵਰਗ ਦੂਤ ਉਹਨਾਂ ਦੇ ਕੋਲ ਆਇਆ, ਉਹਨਾਂ ਦੇ ਕੋਲ ਆਇਆ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਪੇਰੇ ਚਮਕਿਆ। ਬੋਲੋ ਹਾਲੇਲੂਯਾ, ਹਾਲੇਲੂਯਾ। ਜਿਹੜੇ ਹਨੇਰੇ ਚ ਬੈਠੇ ਹੋਏ ਲੋਕ ਸੀ, ਪ੍ਰਭੂ ਦਾ ਤੇਜ ਉਹਨਾਂ ਦੇ ਚਪੇਰੇ ਚਮਕਿਆ। ਧਿਆਨ ਦਈਏ, ਪਰਮੇਸ਼ਰ ਨਹੀਂ ਚਾਹੁੰਦਾ ਕੋਈ ਹਨੇਰੇ ਵਿੱਚ ਰਵੇ, ਪਰਮੇਸ਼ਰ ਨਹੀਂ ਚਾਹੁੰਦਾ ਕੋਈ ਮੁਸੀਬਤ ਵਿੱਚ ਰਵੇ, ਪਰਮੇਸ਼ਰ ਨਹੀਂ ਚਾਹੁੰਦਾ ਕੋਈ ਦੁੱਖਾਂ ਵਿੱਚ ਰਵੇ, ਪਰਮੇਸ਼ਰ ਚਾਹੁੰਦਾ ਹਰ ਇੱਕ ਇਨਸਾਨ ਚਾਨਣ ਵਿੱਚ ਰਵੇ। ਹਾਂਜੀ, ਬੋਲੋ ਹਾਲੇਲੂਯਾ। ਹਰ ਇੱਕ ਇਨਸਾਨ ਚਾਨਣ ਵਿੱਚ ਆ ਜਾਏ, ਹਰ ਇੱਕ ਇਨਸਾਨ ਨੂੰ ਅੱਜ ਚਾਨਣ ਦੀ ਜ਼ਰੂਰਤ ਹੈ। ਉਹ ਚਾਨਣ ਵਰ ਕੇ ਯਿਸੂ ਮਸੀਹ ਉੱਥੇ ਆ ਗਿਆ ਤੇ ਇਹ ਫਰਿਸ਼ਤੇ ਆਏ, ਦੂਤ ਆਏ, ਦੂਤਾਂ ਨੇ ਆ ਕੇ ਕਿਹਾ ਬਹੁਤ ਲੋਕਾਂ ਨੂੰ ਡਰਾਉਂਦੇ ਨੇ, ਚਮਕਾਉਂਦੇ ਨੇ, ਪਰ ਇੱਥੇ ਦੂਤ ਨੇ ਕੀ ਕਿਹਾ? ਨਾ ਡਰੋ, ਨਾ ਡਰੋ, ਡਰਨ ਦੀ ਲੋੜ ਨਹੀਂ। ਹੋ ਸਕਦਾ ਕੋਈ ਇਨਸਾਨ ਇਨਸਾਨ ਤੋਂ ਗੁੱਸੇ ਹੋ ਜਾਏ, ਪਰ ਪਰਮੇਸ਼ਰ ਗੁੱਸੇ ਨਹੀਂ ਹੁੰਦਾ। ਪਰਮੇਸ਼ਰ ਕਹਿੰਦਾ ਨਾ ਕਦੇ ਤੈਨੂੰ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ। ਪਰਮੇਸ਼ਰ ਕਦੇ ਛੱਡਦਾ ਨਹੀਂ, ਕਦੇ ਵੀ ਤਿਆਗਦਾ ਨਹੀਂ। ਇਨਸਾਨ ਤਿਆਗ ਸਕਦਾ, ਇਨਸਾਨ ਕਹਿ ਸਕਦਾ ਸਾਡੇ ਘਰੇ ਨਾ ਬਣੀ, ਸਾਡੇ ਮੁਹੱਲੇ ਚ ਨਾ ਬਣੀ, ਤੂੰ ਇੱਥੇ ਨਾ ਆਈ, ਇਹ ਕਹਿ ਸਕਦਾ ਮੇਰੇ ਘਰ ਤੋਂ ਬਾਹਰ ਹੋ ਜਾਏ, ਕਹਿ ਸਕਦਾ। ਪਰ ਪਰਮੇਸ਼ਰ ਕਦੇ ਵੀ ਕਹਿੰਦਾ ਨਹੀਂ ਕਿ ਮੇਰੇ ਘਰ ਤੋਂ ਬਾਹਰ ਹੋ ਜਾ, ਤਾਂ ਕਹਿੰਦਾ ਮੇਰੇ ਘਰ ਦੇ ਅੰਦਰ ਆ ਜਾ, ਮੇਰੇ ਘਰ ਦੇ ਕੀ ਆ ਜਾ, ਅੰਦਰ ਆ ਜਾ। ਪਰਮੇਸ਼ਰ ਕਦੇ ਵੀ ਛੱਡਦਾ ਨਹੀਂ। ਨੋਟ ਕਰੀਏ ਗੱਲ, ਇਨਸਾਨ ਇਨਸਾਨ ਨੂੰ ਛੱਡ ਸਕਦਾ, ਪਰ ਪਰਮੇਸ਼ਰ ਕਦੇ ਨਹੀਂ ਛੱਡਦਾ। ਠੀਕ ਹੈ, ਉਹ ਡਰ ਗਏ, ਕਹਿੰਦਾ ਡਰੋ ਨਾ। ਅੱਜ ਸਾਨੂੰ ਡਰਨ ਦੀ ਲੋੜ ਨਹੀਂ। ਨੋਟ ਕਰੀਏ ਗੱਲ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਮੰਨ ਲਿਆ ਉਹਨਾਂ ਨੂੰ ਡਰਨ ਦੀ ਲੋੜ ਨਹੀਂ। ਨਹੀਂ, ਪਰਮੇਸ਼ਰ ਦੀ ਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ। ਹੋ ਸਕਦਾ ਮੈਂ ਕਿਸੇ ਨਾਲ ਪੱਖਪਾਤ ਕਰਦਾ, ਪਰ ਪਰਮੇਸ਼ਰ ਦਾ ਵਚਨ ਕਦੇ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਨਹੀਂ ਕਰਦਾ। ਉਹ ਕਹਿੰਦਾ ਨਾ ਡਰ, ਮੈਂ ਤੇਰੇ ਅੰਗ ਸੰਗਾਂ ਨਾਲ ਆ, ਮੈਂ ਤੇਰੇ, ਹਾਂ ਮੈਂ ਤੇਰੀ ਸਹਾਇਤਾ ਕਰਾਂਗਾ। ਤੇਰੀ ਕੀ ਕਰਾਂਗਾ? ਸਹਾਇਤਾ ਕਰਾਂਗਾ। ਦੇਖ ਜੋ ਤੇਰੇ ਨਾਲ ਗੁੱਸੇ ਨੇ ਲਿਖਿਆ, ਉਹਨਾਂ ਦੇ ਮੂੰਹ ਕੀ ਹੋ ਜਾਣਗੇ? ਕਾਲੇ ਹੋ ਜਾਣਗੇ। ਮੈਂ ਨਹੀਂ ਕਹਿੰਦਾ, ਸ਼ਾਇਦ ਹੀ ਪੋਥੀ ਲਿਖਿਆ ਹੋਇਆ। ਸੋ ਸਾਨੂੰ ਡਰਨ ਦੀ ਲੋੜ ਨਹੀਂ। ਰੜੇ ਮੈਦਾਨ ਖੁੱਲੇ ਡੁੱਲੇ ਹੋ ਕੇ ਰੱਬ ਨੂੰ ਮੰਨਣਾ ਹੈ, ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕਰਨੀ ਹੈ। ਇਨਸਾਨ ਛੱਡ ਸਕਦਾ ਹੈ, ਪਰ ਯਿਸੂ ਮਸੀਹ ਕਦੇ ਵੀ ਛੱਡਦਾ ਨਹੀਂ। ਇਨਸਾਨ ਇਨਸਾਨ ਨੂੰ ਸ਼ਰਾਬ ਵੀ ਦੇ ਸਕਦਾ ਹੈ, ਤੁਹਾਡਾ ਇਹ ਹੋਜੂ, ਜੇ ਹੋਜੂ, ਪਤਾ ਨਹੀਂ ਕੀ ਹੋਜੂ। ਜਦੋਂ ਬੋਲਦਾ ਉਦੋਂ ਪਤਾ ਲੱਗਦਾ ਭਾਂਡਾ ਕਿਹੜੀ ਆਵਾਜ਼ ਕੱਢਦਾ, ਹੈ ਨਾ। ਡਰਨ ਦੀ ਜ਼ਰੂਰਤ ਨਹੀਂ। ਕਿਸੇ ਦੇ ਸ਼ਰਾਪ ਦੇਣ ਤੋਂ ਕਿਸੇ ਨੂੰ ਸ਼ਰਾਪ ਨਹੀਂ ਲੱਗਦਾ, ਨਹੀਂ ਲੱਗਦਾ। ਡਰਨ ਦੀ ਲੋੜ ਨਹੀਂ। ਪਰਮੇਸ਼ਰ ਤੁਹਾਡਾ ਤੁਹਾਡੇ ਨਾਲ, ਪਰਮੇਸ਼ਰ ਨਾਲ ਰਿਸ਼ਤਾ ਬਣਾ ਕੇ ਰੱਖੋ, ਪਰਮੇਸ਼ਰ ਨਾਲ ਸਹੀ ਰਹੋ, ਬਸ ਬੱਲੇ ਬੱਲੇ ਹੈ। ਡਰਨ ਦੀ ਜ਼ਰੂਰਤ ਨਹੀਂ ਹੈਗੀ। ਹਾਂਜੀ, ਨਾ ਡਰੋ। ਕੀ ਕਹਿੰਦਾ? ਨਾ ਡਰੋ, ਕਿਉਂਕਿ ਦੇਖੋ, ਕਿਉਂ ਜੋ ਦੇਖੋ, ਮੈਂ ਤੁਹਾਨੂੰ ਇੱਕ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ। ਬੋਲੋ ਹਾਲੇਲੂਯਾ। ਜਿਹੜੇ ਕਹਿੰਦੇ ਨੇ ਜਨਮ ਦਿਨ ਨਹੀਂ ਮਨਾਉਣਾ ਚਾਹੀਦਾ, ਇੱਥੇ ਦੂਤ ਆ ਗਏ ਨੇ, ਫਰਿਸ਼ਤੇ ਆ ਗਏ ਨੇ ਪਰਮੇਸ਼ਵਰ ਦੇ, ਕਹਿੰਦਾ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ। ਜੇ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹੈ ਤੇ ਫਿਰ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ, ਚਾਹੀਦੀ ਹੈ, ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ। ਤੇ ਜਿਹੜਾ ਇਹ ਜਨਮ ਦਿਨ ਦੇ ਖਿਲਾਫ ਹੋਵੇ ਉਹਨੂੰ ਵੀ ਭਜਾਉਣਾ ਚਾਹੀਦਾ, ਚਾਹੀਦਾ, ਮੇਰੇ ਘਰੋਂ ਬਾਹਰ ਹੋ ਜਾ। ਕਿਉਂ? ਜੇ ਮੇਰੇ ਪ੍ਰਭੂ ਨਾਲ ਪਿਆਰ ਨਹੀਂ, ਤੈਨੂੰ ਮੇਰੇ ਨਾਲ ਵੀ ਪਿਆਰ ਨਹੀਂ। ਸ਼ੈਤਾਨ ਨੇ ਆਪਣਾ ਰੂਪ ਬਦਲਿਆ ਹੋਇਆ, ਨੋਟ ਕਰੋ ਗੱਲ, ਰੂਪ ਕੀ ਕਰਿਆ ਹੋਇਆ? ਬਦਲਿਆ ਹੋਇਆ। ਉਹ ਪਰਮੇਸ਼ਰ ਦੀ ਖੁਸ਼ਖਬਰੀ ਨਹੀਂ ਸੁਣਾਉਂਦੇ, ਉਹ ਸ਼ੈਤਾਨ ਦੀ ਖੁਸ਼ਖਬਰੀ ਸੁਣਾਉਂਦੇ ਹੈ। ਜਨਮ ਦਿਨ ਨਹੀਂ ਮਨਾਉਣਾ ਚਾਹੀਦਾ, ਸ਼ਹੀਦੀ ਦਿਨ ਨਹੀਂ ਮਨਾਉਣਾ ਚਾਹੀਦਾ, ਮਰਨ ਦਿਨ ਨਹੀਂ ਮਨਾਉਣਾ ਚਾਹੀਦਾ। ਬੜੀਆਂ ਗੱਲਾਂ ਆਉਣਗੀਆਂ ਤੁਹਾਡੇ ਕੋਲੇ, ਇਸ ਗੱਲ ਦੀ ਚਿੰਤਾ ਨਹੀਂ ਕਰਨੀ। ਅਸੀਂ ਜਨਮ ਦਿਨ ਵੀ ਮਨਾਵਾਂਗੇ, ਅਸੀਂ ਮਰਨ ਦਿਨ ਵੀ ਮਨਾਵਾਂਗੇ, ਅਸੀਂ ਜੀ ਉੱਠਣ ਦਾ ਦਿਨ ਵੀ ਮਨਾਵਾਂਗੇ। ਹਾਲੇਲੂਯਾ, ਬੋਲੋ ਹਾਲੇਲੂਯਾ। ਹਾਲੇਲੂਯਾ। ਕੋਈ ਵੀ ਸਾਨੂੰ ਰੋਕ ਨਹੀਂ ਸਕਦਾ, ਕਿਉਂਕਿ ਕੋਈ ਵੀ ਜਿਹੜਾ ਮਰਿਆ ਜਿੰਦਾ ਨਹੀਂ ਹੋਇਆ। ਕਿਸੇ ਨੇ ਜਿਹਨੇ ਜਨਮ ਲਿਆ, ਕਿਸੇ ਕਿਸੇ ਦੇ ਜਨਮ ਦਿਨ ਤੇ ਦੂਤਾਂ ਨੇ ਆ ਕੇ ਕਿਹਾ ਨਹੀਂ ਕਿ ਤੁਹਾਨੂੰ ਮੈਂ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ। ਸਿਰਫ ਯਿਸੂ ਮਸੀਹ ਦੇ ਨਾਂ ਤੇ, ਯਿਸੂ ਮਸੀਹ ਦੇ ਜਨਮ ਤੇ ਖੁਸ਼ੀ ਦੀ ਖਬਰ ਮਿਲਦੀ ਹੈ ਸਾਨੂੰ, ਫਿਰ ਸਾਨੂੰ ਖੁਸ਼ੀ ਜ਼ਰੂਰ ਕਰਨੀ ਚਾਹੀਦੀ, ਚਾਹੀਦੀ। ਹਾਂਜੀ,
ਜੋ ਸਾਰੀ ਪਰਜਾ ਲਈ ਹੋਵੇਗੀ। ਕੀ ਕਹਿੰਦਾ? ਸਾਰੀ ਪਰਜਾ ਲਈ ਹੋਵੇਗੀ। ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ, ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ। ਬੋਲੋ ਹਾਲੇਲੂਇਆ। ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੂ ਹੈ। ਪ੍ਰਭੂ ਹੈ। ਸਾਨੂੰ ਡਰਨ ਦੀ ਲੋੜ ਨਹੀਂ, ਸਾਨੂੰ ਘਬਰਾਉਣ ਦੀ ਲੋੜ ਨਹੀਂ। ਅਸੀਂ ਜਨਮ ਦਿਨ ਮਨਾਉਣਾ। ਜੇ ਕੋਈ ਇਸ ਬਚਨ ਤੋਂ ਬਾਹਰ ਗੱਲ ਕਰਦਾ, ਉਹਨੂੰ ਕਹਿ ਵੀ ਤੇਰਾ ਸਾਡੇ ਨਾਲ ਕੋਈ ਵੀ ਰਿਸ਼ਤਾ ਨਹੀਂ। ਇੱਕ ਵਾਰੀ ਮੇਰੇ ਕੋਲ ਆ ਗਏ ਔਨਲਾਈਨ ਜੀਸਸ ਵਾਲੇ, ਬਾਈਬਲ ਨਹੀਂ ਹੁੰਦੀ ਉਹਨਾਂ ਕੋਲ, ਨੋਟ ਕਰੋ ਗੱਲ। ਰੂਪ ਉਠਾ ਕੇ ਆਉਂਦਾ ਸ਼ੈਤਾਨ, ਨੋਟ ਕਰੋ ਗੱਲ। ਇਹ ਬਾਈਬਲ ਦੇਖ ਕੇ ਅਸੀਂ ਖੁਸ਼ ਹੋ ਜਾਂਦੇ ਹਾਂ ਵੀ ਤਾਂ ਪਾਸਟਰ ਹੈ। ਕਈ ਦੁਨੀਆਂ ਦੇ ਵਿੱਚ ਸ਼ੈਤਾਨ ਦੇ ਪਾਸਟਰ ਤੁਰੇ ਫਿਰਦੇ ਆ। ਕਿਹਦੇ ਪਾਸਟਰ? ਸ਼ੈਤਾਨ ਦੇ ਪਾਸਟਰ। ਦੇਖਣ ਨੂੰ ਪਾਸਟਰ ਲੱਗਣਗੇ, ਕਹਿਣਗੇ ਪਾਸਟਰਾਂ ਬਾਈਬਲ ਵੀ ਇਹ ਹੋਊਗੀ, ਇਸੇ ਬਚਨ ਨੂੰ ਪੁੱਠਾ ਕਰਕੇ ਇਸਤੇਮਾਲ ਕਰਨਗੇ, ਪੁੱਠਾ ਕਰਕੇ ਤੁਹਾਡੇ ਤੇ ਇਸਤੇਮਾਲ ਕਰਨਗੇ। ਇੱਕ ਵਾਰੀ ਦੀ ਗੱਲ ਹੈ, ਗਰਮੀਆਂ ਦੇ ਦਿਨ ਸੀ, ਮੇਰੇ ਕੋਲ ਆ ਗਏ ਔਨਲਾਈਨ ਜੀਸਸ ਵਾਲੇ। ਸਾਡਾ ਚੇਲਾ ਸੀ ਵੈਸੇ ਤਾਂ, ਉਹਦਾ ਦਿਮਾਗ ਖਰਾਬ ਕਰਤਾ ਔਨਲਾਈਨ ਜੀਸਸ ਵਾਲੇ ਨੇ। ਉਹ ਕਹਿੰਦੇ ਜੀ, ਮੈਨੂੰ ਚੰਡੀਗੜ੍ਹ ਇੱਕ ਵਾਰੀ ਸਾਡੀ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਦੱਸਿਆ ਵੀ ਜਿਹੜੇ ਔਨਲਾਈਨ ਜੀਸਸ ਵਾਲੇ ਨੇ ਸਵਾਲ ਕੀਤਾ, ਉੱਥੇ ਸਾਡੇ ਪ੍ਰੈਸੀਡੈਂਟ ਸਰ ਆਏ ਸੀ, ਕਹਿੰਦੇ ਵੀ ਔਨਲਾਈਨ ਜੀਸਸ ਵਾਲੇ ਜੇ ਆਉਣ ਤਾਂ ਉਹਨਾਂ ਨਾਲ ਕੀ ਗੱਲ ਕਰਨੀ ਚਾਹੀਦੀ ਹੈ। ਪਰਮੇਸ਼ਰ ਦੇ ਦਾਸ ਨੇ ਇੱਕੋ ਹੀ ਗੱਲ ਦੱਸੀ, ਪਰਮੇਸ਼ਰ ਦੇ ਦਾਸ ਨੇ ਇੱਕੋ ਹੀ ਗੱਲ ਦੱਸੀ ਕਿ ਉਹਨਾਂ ਨਾਲ ਬਹਿਸ ਕਰਨ ਦੀ ਜ਼ਰੂਰਤ ਨਹੀਂ। ਨਹੀਂ, ਉਹਨਾਂ ਨੂੰ ਕਹੋ ਪਾਣੀ ਪੀ ਲਿਆ, ਹਾਂਜੀ ਘਰੋਂ ਬਾਹਰ, ਘਰੋਂ ਬਾਹਰ। ਪਰਮੇਸ਼ਰ ਦੇ ਵਚਨ ਲਿਖਿਆ ਜੇ ਕੋਈ ਹੋਰ ਸਿੱਖਿਆ ਲੈ ਕੇ ਆਵੇ, ਉਹਨੂੰ ਘਰ ਵਿੱਚ ਵੀ ਨਾ ਉਤਾਰੋ, ਨਾ ਉਹਦੀ ਸੁੱਖ ਮਨਾਓ, ਨਾ ਉਹਦੇ ਬੁਰੇ ਕੰਮਾਂ ਦੇ ਭਾਗੀ ਹੋਵੋ, ਉਹਨੂੰ ਬਾਹਰ ਕਰ ਦਿਓ। ਮੈਨੂੰ ਕਹਿੰਦੇ ਜੀ ਤੁਹਾਡੇ ਨਾਲ ਗਿਆਨ ਗੋਸ਼ਟੀ ਕਰਨੀ ਹੈ, ਚਾਹ ਪਿਆਤੀ ਸੀ ਤੇ ਮੇਰੀ ਤਮੰਨਾ ਸੀ ਵੀ ਰੋਟੀ ਖਵਾਵਾਂਗੇ, ਨਾਲੇ ਤਾਂ ਨਾਲੇ ਕੁਛ ਜਾਂਦਿਆਂ ਨੂੰ ਕੀ ਦੇਵਾਂਗੇ, ਭੇਟ ਦੇਵਾਂਗੇ, ਦਾਨ ਦੇਵਾਂਗੇ। ਮੈਨੂੰ ਕਹਿੰਦੇ ਤੁਹਾਡੇ ਨਾਲ ਗਿਆਨ ਗੋਸ਼ਟੀ ਕਰਨੀ ਸੀ। ਮੈਂ ਕਿਹਾ ਵੀ ਗਿਆਨ ਗੋਸ਼ਟੀ ਮੈਂ ਤਾਂ ਕਰਨੀ ਨਹੀਂ, ਮੇਰੇ ਕੋਲ ਜਿਹੜਾ ਗਿਆਨ ਹੈਗਾ ਮੇਰੇ ਗੁਰੂਆਂ ਨੇ ਦਿੱਤਾ, ਸਪਿਰਚੁਅਲ ਚਰਚ ਫੈਲੋਸ਼ਿਪ ਫਿਰੋਜ਼ਪੁਰ ਪਾਸ ਕਰਮ ਚੰਦ, ਬਸ ਉਹੀ ਅਸੀਂ ਰੱਖਣਾ, ਉਸ ਤੋਂ ਬਾਅਦ ਹੋਰ ਕੋਈ ਸਿੱਖਿਆ ਨਹੀਂ ਲੈਣੀ। ਕਹਿੰਦੇ ਹਾਂ ਜੀ ਉਹ ਪੁਰਾਣੀ ਸਿੱਖਿਆ ਦੀ ਗੱਲ ਕਰਦੇ ਆ। ਮੈਂ ਕਿਹਾ ਤੁਹਾਡੇ ਲਈ ਪੁਰਾਣੀ ਸਿੱਖਿਆ ਦੀ ਗੱਲ ਨਹੀਂ ਕਰਦਾ, ਮੈਂ ਤਾਂ ਆਪਦੀ ਪੁਰਾਣੀ ਸਿੱਖਿਆ ਦੀ ਗੱਲ ਕਰਦਾ, ਜੋ ਮੈਨੂੰ ਸਿੱਖਿਆ ਮਿਲੀ ਹੈ ਮੇਰੇ ਗੁਰੂਆਂ ਤੋਂ, ਮੈਂ ਹੋਰ ਸਿੱਖਿਆ ਦੇ ਮਗਰ ਨਹੀਂ ਲੱਗਣਾ, ਨਾ ਮੈਂ ਤੁਹਾਡੀ ਸੁਣਨੀ ਹੈ। ਤੇ ਤੁਸੀਂ ਐਂ ਕਰੋ ਪਾਣੀ ਪੁਣੀ ਪੀ ਲਿਆ? ਕਹਿੰਦੇ ਹਾਂ। ਮੈਂ ਕਿਹਾ ਮੈਂ ਸੋਣਾ ਹੈ, ਦੁਪਹਿਰ ਦਾ ਸਮਾਂ ਸੀ, ਪਰ ਤੁਸੀਂ ਜਾਓ ਤੇ ਮੈਂ ਥੋੜ੍ਹਾ ਆਰਾਮ ਕਰਨਾ। ਬੋਲੋ ਹਾਲੇਲੂਇਆ। ਸੋ ਧਿਆਨ ਦੇਈਏ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਲੈ ਕੇ ਆਉਂਦਾ, ਉਸ ਨੂੰ ਕਹੋ ਵੀ ਅਸੀਂ ਆਰਾਮ ਕਰਨਾ, ਸਾਡੇ ਕੋਲ ਟਾਈਮ ਹੈ ਨਹੀਂ, ਤੁਸੀਂ ਆਪਦਾ ਕੰਮ ਕਰੋ। ਸਮਝ ਲੱਗੀ? ਇਹੋ ਜਿਹੇ ਮਗਰ ਨਹੀਂ ਲੱਗਣਾ, ਹੈ ਨਾ। ਇੱਕ ਵਾਰੀ ਮੇਰੇ ਕੋਲ ਆਇਆ ਅਜੀਜ਼, ਉਹ ਵੀ ਔਨਲਾਈਨ ਜੀਸਸ 'ਚ ਹੋ ਗਿਆ ਸੀ। ਉਹ ਆਇਆ ਤੇ ਚੁੱਪ ਕਰਕੇ ਨਾ ਮੈਨੂੰ ਇੱਕ ਕਿਤਾਬ ਦੇ ਗਿਆ, ਨਿੱਕੀ ਜਿਹੀ ਕਿਤਾਬ ਦੇ ਗਿਆ। ਕਿਤਾਬ ਦੇ ਗਿਆ, ਜਦੋਂ ਮੈਂ ਪੜ੍ਹੀ ਉਹਦੇ 'ਚ ਬੜਾ ਊਟ ਪਟਾਂਗ ਲਿਖਿਆ ਹੋਇਆ ਸੀ, ਹੈਂ, ਹਵਾ ਨਾਲ ਕੀ ਕਰਿਆ, ਕੀ ਹੋਇਆ, ਕਿਹੜਾ ਫਲ ਖਾਧਾ, ਕਿਉਂ ਖਾਧਾ, ਉਹ ਸਾਰਾ ਕੁਝ ਉਲਟਾ ਸਿੱਧਾ ਲਿਖਿਆ ਹੋਇਆ ਸੀ। ਜਿਹੜਾ ਬਾਈਬਲ 'ਚ ਲਿਖਿਆ ਨਾ ਉਹਨੂੰ ਤੋੜ ਮਰੋੜ ਕੇ ਲਿਖਿਆ ਹੋਇਆ ਸੀ, ਜੋ ਤੋੜ ਮਰੋੜ ਕੇ ਲਿਖਿਆ ਹੋਇਆ ਸੀ ਤੇ ਉਹ ਮੈਂ ਪੜ੍ਹੀ ਕਿਤਾਬ ਧਰਤੀ ਤੇ ਫਿਰ ਆ ਗਿਆ ਮਹੀਨੇ ਕੁ ਬਾਅਦ, ਉਹਨੂੰ ਪਤਾ ਲੱਗਿਆ ਵੀ ਮਹੀਨੇ ਕੁ ਬਾਅਦ ਇਹਨੇ ਕਿਤਾਬ ਪੜ੍ਹ ਲਈ ਹੋਊਗੀ ਤੇ ਆਪਾਂ ਇੱਕ। ਉਹਨੇ ਹੋਰ ਕੋਈ ਗੱਲ ਨਹੀਂ ਕੀਤੀ, ਉਹਨੇ ਇਹ ਨਹੀਂ ਕਿਹਾ ਵੀ ਤੁਹਾਡੇ ਨਾਲ ਗਿਆਨ ਗੋਸ਼ਟੀ ਕਰਨੀ ਆ, ਉਹਨੇ ਇਹ ਨਹੀਂ ਕਿਹਾ ਵੀ ਕੋਈ ਤੁਹਾਡੇ ਨਾਲ ਕੋਈ ਕਿਸੇ ਗੱਲ ਦਾ ਬਚਨ ਦਾ ਵਿਚਾਰ ਵਟਾਂਦਰਾ ਕਰਨਾ। ਇੱਕ ਹੋਰ ਕਿਤਾਬ ਲੈ ਕੇ ਆ ਗਿਆ, ਕਹਿੰਦਾ ਪਾਸੀ ਤੁਹਾਡੇ ਵਾਸਤੇ ਕਿਤਾਬ ਲੈ ਕੇ ਆ, ਦੇਖੋ ਬਹੁਤ ਹੀ ਕਿਤਾਬ ਹੈ। ਉੱਥੇ ਤਿੰਨ ਪੁਆਇੰਟ ਲਿਖੇ ਹੋਏ ਸੀਗੇ, ਇੱਕ ਲਿਖਿਆ ਸੀਗਾ ਕਿ ਤੁਸੀਂ ਪਰਮੇਸ਼ਵਰ ਦੇ ਬਚਨ ਦੇ ਸੇਵਕ ਹੋ, ਕਿ ਤੁਸੀਂ ਡਾਕਟਰ ਹੋ, ਇੱਕ ਨਾਲ ਪੁਆਇੰਟ ਹੋਰ ਸੀਗਾ ਜਿਹੜਾ ਉਹ ਭੁੱਲ ਗਿਆ। ਮੈਂ ਉਹ ਪੜ੍ਹੀ, ਉਹਦੇ ਵਿੱਚ ਵੀ ਹੋਰ ਵੀ ਉਹ ਤੋਂ ਜ਼ਿਆਦਾ ਗੜਬੜ। ਮੈਂ ਦੋਨੇ ਕਿਤਾਬਾਂ ਇਕੱਠੀਆਂ ਕਰੀਆਂ, ਥੋੜ੍ਹਾ ਜਿਹਾ ਹੈਡਿੰਗ ਹੀ ਪੜ੍ਹੇ, ਫੜ ਕੇ ਤੇ ਉਹਨੂੰ ਫੜਾ ਦੇ, ਉਹ ਆਹ ਲੈ ਚੱਕ ਕਿਤਾਬਾਂ, ਇਹਨਾਂ ਨੂੰ ਬੈਗ 'ਚ ਪਾ ਲੈ ਤੇ ਥੋੜ੍ਹੇ ਜਿਹੇ ਪੈਸੇ ਲੈ ਗਿਆ ਸੀ ਮੇਰੇ ਤੋਂ ਧਾਰੇ। ਮੈਂ ਕਿਹਾ ਵੀ ਲੈਂਦਾ ਨਹੀਂ, ਦੁਆ ਕਰਨੀ ਹੈ ਕਰਦੇ, ਨਹੀਂ ਕਰਨੀ ਕਿਉਂ, ਸ਼ੈਤਾਨ ਤੋਂ ਕਹਿੰਦੇ ਦੁਆ ਕਰਾਉਣੀ ਹੈ, ਜਿਹੜਾ ਸਾਡੇ ਪ੍ਰਭੂ ਦੇ ਖਿਲਾਫ਼ ਹੈ ਉਹ ਤੋਂ ਦੁਆ ਵੀ ਨਹੀਂ ਕਰਾਉਣੀ। ਨੋਟ ਕਰੋ ਗੱਲ, ਕਿਤੇ ਕਹਿ ਦਿਓ ਵੀ ਚੱਲ ਦੁਆ ਤਾਂ ਕਰਾ ਲਈਏ, ਕਿਉਂ ਕਹਿੰਦੀ ਤੇ ਦੁਆ ਕਰਾਉਣੀ ਹੈ, ਸ਼ੈਤਾਨ ਨੂੰ ਜ਼ਰੂਰੀ ਪੈਸੇ ਦੇਣਾ ਤੁਰਾ। ਮੈਂ ਕਿਹਾ ਆਹ ਚੱਕ ਕਿਤਾਬਾਂ ਬੈਗ 'ਚ ਪਾ ਲੈ ਤੇ ਪੈਸੇ ਵੀ ਛੱਡੇ ਤੇ ਭਰ ਜਾ, ਮੁੜ ਕੇ ਨਹੀਂ ਆਉਣਾ, ਮੁੜ ਕੇ ਨਹੀਂ ਆਉਣਾ। ਕਹਿੰਦਾ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਜਿਹੜੀ ਸਾਰੀ ਪਰਜਾ ਦੇ ਲਈ। ਪਿਆਰਿਓ, ਇਹ ਜਿਹੜੀ ਖੁਸ਼ੀ ਦੀ ਖਬਰ ਹੈ ਸਾਰੀ ਪਰਜਾ ਵਾਸਤੇ ਹੈ, ਇਕੱਲੇ ਸਾਡੇ ਵਾਸਤੇ ਨਹੀਂ, ਪੂਰੀ ਪਰਜਾ ਵਾਸਤੇ ਹੈ।
ਜਿਹੜੇ ਹਨੇਰੇ 'ਚ ਲੋਕ ਬੈਠੇ ਹੋਏ ਸੀ ਉਹਨਾਂ ਵਾਸਤੇ ਇੱਕ ਸਵਰਗਦੂਤ ਆ ਗਏ। ਸਵਰਗਦੂਤਾਂ ਨੇ ਆ ਕੇ ਉਹਨਾਂ ਨੂੰ ਸੁਨੇਹਾ ਦਿੱਤਾ, ਉਹ ਚਾਨਣ ਚਮਕੇ ਉਹਨਾਂ ਦੇ ਚਾਰ ਸਪੇਰੇ, ਉਹ ਡਰ ਕੇ ਕਹਿੰਦਾ ਡਰੋ ਨਾ, ਮੈਂ ਤੁਹਾਡੇ ਵਾਸਤੇ ਖੁਸ਼ੀ ਦੀ ਖਬਰ ਲੈ ਕੇ ਆਇਆ ਜਿਹੜੀ